हेलो फ्रेंड्स, हाउ आर यू ऑल? आई होप दैट यू ऑल आर गुड। सो वेलकम टू माय यूट्यूब चैनल अगेन। ते आज मैं वीडियोस काफ़ी दिन बाद बना रहे हैं क्योंकि मेरे पेपर्स चल रहे थी ते ओदे करके मैं बिल्कुल भी टाइम नहीं लगता पाया सी वीडियो अपनी अपलोड करन दी। बट फाइनली तुसी मैनू इन्ना प्यार देंदे हो ते तुहाडे प्यार दे पिछे मैं वीडियोस मैनू बनानियां पैंदियां ने ते मैं बहुत मैनू वधिया भी लगता है कि तुसी मैनू इन्ना प्यार करदे हो उहदे वास्ते रियली थैंक्स। ते फाइनली अज साडे घर आ रही है प्रभात फेरी क्योंकि 27 नवंबर नूं गुरु नानक देव जी का प्रकाश पुरब है ते उहदे समर्पित अज मेरे पूरे परिवार ने अपने घर मीनस कि साडे घर बुलाई है प्रभात फेरी असी सारिया ने। ते अज असी तुहानूं दर्शन करावांगे सत संगत जी दे ते बस हुण असी उहनां दा ही वेट कर रहे हां कि बाबा जी ने सानू टाइम दिता सी 6:15 दे विचकार दा। बट इस टाइम 5:30 बज रहे ने मॉर्निंग दे ते बस हुण असीं वेट कर रहे हां ते देखदे हां कदों तक आंदी है प्रभात फेरी। जिवें ही आंदी है फिर असीं तुहाडे भी दर्शन कराने हां, तुहानू भी उहनां दे दर्शन कराने हां। ते गाइज बाकी सारी प्रिपरेशन हो चुकी है प्रभात फेरी दी, इत्थे मम्मा चाह बना रहे ने ते बाकी ऐ वाली साइड मासी जी लंगर नू वरतान वास्ते पूरी तैयारी कर रहे ने। हो गई तैयारी? तैयारी बस हुण वाली है कि वधिया भोग ला के प्रसाद आ जाए चेंज पा लोंगे। अज किवें तुहानू लग रहा? एक्साइटमेंट लग रही है? बहुत वधिया, हुण तां अपने घर ते हो रहा एक्चुअली। हां चलो गाइस हुण फटाफट आ वाला काम करते हैं ते फिर तुहानू मिलते हैं। ते गाइस प्रभात फेरी आ गई है, सानू आवाज आनी शुरू हो गई है। आओ हुण तुहानू सीधा दर्शन कराने हैं प्रभात फेरी साहिब जी दे। Yeah.
ਬਾਕੀ ਫਰੈਂਡਸ ਹੁਣ ਪ੍ਰਭਾਤ ਫੇਰੀ ਸਾਡੇ ਘਰ ਤੋਂ ਹੋ ਕੇ ਚਲੀ ਗਈ ਹੈ ਤੇ ਬਾਕੀ ਬਾਬਾ ਜੀ ਦੇ ਦਰਸ਼ਨ ਬਹੁਤ ਵਧੀਆ ਹੋ ਗਏ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਵੀ ਬਹੁਤ ਵਧੀਆ ਮਿਲ ਗਿਆ ਬਾਬਾ ਜੀ ਦੀ ਤੇ ਸਾਧ ਸੰਗਤ ਜੀ ਦੀ ਤੇ ਫਾਈਨਲੀ ਹੁਣ ਅਸੀਂ ਇਹ ਡਿਸਾਈਡ ਕੀਤਾ ਹੈ ਕਿ ਹੁਣ ਅਸੀਂ ਸਾਰੇ ਜਾ ਰਹੇ ਹਾਂ ਪ੍ਰਭਾਤ ਫੇਰੀ ਦੇ ਮਗਰ ਮਗਰ ਹੀ ਕਿਉਂਕਿ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਹੋਰ ਵੀ ਕਾਫੀ ਘਰਾਂ ਦੇ ਵਿੱਚ ਪ੍ਰਭਾਤ ਫੇਰੀ ਜਾਣੀ ਸੀ ਤੇ ਫਿਰ ਅਸੀਂ ਇਹੀ ਸੋਚਿਆ ਕਿ ਚਲੋ ਚਲੀਏ ਹੁਣ ਉਹਨਾਂ ਨੇ ਮਗਰ ਮਗਰ ਹੀ ਜਾ ਕੇ ਬਾਕੀ ਥੋੜ੍ਹੀ ਪ੍ਰਭਾਤ ਫੇਰੀ ਉਹਨੂੰ ਅਸੀਂ ਅਟੈਂਡ ਕਰ ਲੈਂਦੇ ਹਾਂ ਤੇ ਹੁਣ ਅਸੀਂ ਜਾ ਰਹੇ ਹਾਂ ਪ੍ਰਭਾਤ ਫੇਰੀ ਅਟੈਂਡ ਕਰਨ ਵਾਸਤੇ ਆਹ ਫਿਰ ਥੋੜ੍ਹਾ ਜਿਹਾ ਉਹਦੇ ਵੀ ਸ਼ਾਰਟਸ ਵਗੈਰਾ ਦਿਖਾਉਣਾ ਮੈਂ ਤੇ ਆਓ ਚਲੀਏ ਸਿੱਧਾ ਅਟੈਂਡ ਕਰਨ ਵਾਸਤੇ ਬਾਕੀ ਨਾ ਫਰੈਂਡਸ ਉਹਨੇ ਲੰਗਰ ਵੀ ਬਹੁਤ ਜ਼ਿਆਦਾ ਬਚ ਗਿਆ ਕਿਉਂਕਿ ਸੰਗਤ ਅਸੀਂ ਐਸਟੀਮੇਟ ਲਗਾਇਆ ਸੀ ਕਿ 200 ਸੰਗਤ ਆਏਗੀ ਬਟ 150 ਸੰਗਤ ਆਈ ਸੀ ਅੱਜ ਅਤੇ ਉਹਦੇ ਕਰਕੇ 60-70 ਬੰਦਿਆਂ ਦਾ ਹੋਰ ਵੀ ਲੰਗਰ ਬਚਿਆ ਹੈ ਅਤੇ ਹੁਣ ਦੇਖਦੇ ਹਾਂ ਕਿ ਜਿਹੜੇ ਬਾਹਰ ਹੁਣ ਜਿਹੜੇ ਵੀ ਆਉਣਗੇ ਨਾ ਅਤੇ ਉਹਨਾਂ ਨੂੰ ਵੰਡ ਦੇਵਾਂਗੇ ਜਾਂ ਨੇਬਰਹੁੱਡਸ ਨੂੰ ਆਪਣੇ ਵੰਡ ਦੇਵਾਂਗੇ ਬਾਕੀ ਹੁਣ ਇਹ ਵਾਲਾ ਵੀ ਕੰਮ ਵੀ ਕਰਨਾ ਪੈਂਡਿੰਗ ਰਹਿ ਗਿਆ ਹੁਣ ਇਹ ਵੀ ਫਟਾਫਟ ਉਹ ਆਉਂਦੇ ਨੇ ਬਾਕੀ ਫੈਮਿਲੀ ਮੈਂਬਰਸ ਅਤੇ ਫਿਰ ਮਿਲ ਕੇ ਅਸੀਂ ਵੰਡਦੇ ਹਾਂ ਹੁਣ ਜੈਮ ਰੋਲ ਬਚ ਗਏ ਨੇ ਅਤੇ ਇਹਨਾਂ ਨੂੰ ਵੰਡ ਦਿੰਦੇ ਹਾਂ ਅਤੇ ਨਾਲ ਉਹ ਬ੍ਰੈਡ ਪਕੌੜੇ ਵੀ ਹੈਗੇ ਨੇ ਉਹਦੇ ਵਿੱਚ ਉਹ ਵੀ ਵੰਡਣਾ ਹੁਣ ਬਸ ਹੁਣ ਆਉਂਦੇ ਨੇ ਨਾਨੀ ਮਾਂ ਅਤੇ ਫਿਰ ਵੰਡਦੇ ਆ ਉਹਨਾਂ ਦੇ ਨਾਲ ਅਤੇ ਬਾਕੀ ਫਰੈਂਡਸ ਅੱਜ ਜਿਵੇਂ ਤੁਸੀਂ ਦੇਖਿਆ ਗਿਆ ਸਾਡੇ ਘਰ ਪ੍ਰਭਾਤ ਫੇਰੀ ਆਈ ਸੀ ਅਤੇ ਪ੍ਰਭਾਤ ਫੇਰੀ ਵਾਕਈ ਬਹੁਤ ਸਾਡੇ ਵਧੀਆ ਦਰਸ਼ਨ ਹੋ ਗਏ ਬਾਬਾ ਜੀ ਦੇ ਵੀ ਅਤੇ ਬਸ ਹੁਣ ਮੈਂ ਬਹੁਤ ਜ਼ਿਆਦਾ ਥੱਕ ਗਿਆ ਅਤੇ ਮੈਂ ਪੂਰੀ ਫੈਮਿਲੀ ਵੀ ਬਹੁਤ ਜ਼ਿਆਦਾ ਥੱਕ ਗਈ ਕਿਉਂਕਿ ਅਸੀਂ ਸਿਰੇ ਦੇ ਉੱਠੇ ਹੋਏ ਆ ਅਤੇ ਬਸ ਹੁਣ ਮੈਂ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਦਾ ਕਿ ਆਈ ਹੋਪ ਕਿ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਿਆ ਹੋਏਗਾ ਅਤੇ ਪਲੀਜ਼ ਤੁਸੀਂ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ ਅਤੇ ਮੈਨੂੰ ਇਸੇ ਤਰ੍ਹਾਂ ਹਮੇਸ਼ਾ ਆਪਣਾ ਪਿਆਰ ਦਿੰਦੇ ਰਹਿਣਾ ਤਾਂ ਕਿ ਮੈਂ ਤੁਹਾਡੇ ਕੋਲੋਂ ਮੋਟੀਵੇਟ ਹੋ ਕੇ ਹੋਰ ਤੁਹਾਡੇ ਲਈ ਵਧੀਆ ਤੋਂ ਵਧੀਆ ਵਲੌਗਸ ਲੈ ਕੇ ਆਵਾਂ ਥੈਂਕ ਯੂ ਸੋ ਮੱਚ